ਜਗਤਾਰ ਸਿੰਘ ਤਾਰਾ ਨੂੰ ਕੋਰਟ ਨੇ ਕੀਤਾ ਬਰੀ। ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ, ਜਗਤਾਰ ਸਿੰਘ ਤਾਰਾ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ ਅਤੇ ਅੱਜ ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਨੂੰ ਪੇਸ਼ ਕੀਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਅਤੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਹੁਣ ਕੋਰਟ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਅਤੇ ਕੋਰਟ ਦੇ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਉਹਨਾਂ 'ਤੇ ਜਲੰਧਰ ਥਾਣੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਅਤੇ ਆਰਮਸ ਐਕਟ ਦਾ ਇੱਕ ਕੇਸ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਅੱਜ ਪੇਸ਼ੀ ਸੀ ਅਤੇ ਹੁਣ ਕੋਰਟ ਨੇ ਇਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਦੇ ਵਿੱਚ ਤਿਹਾੜ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਅਤੇ ਇਹਨਾਂ 'ਤੇ ਕੇਸ ਚੱਲ ਰਿਹਾ ਸੀ ਜਿਸ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਅਤੇ ਆਰਮਸ ਐਕਟ ਦਾ ਕੇਸ ਸੀ ਜਿਸ 'ਤੇ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ। ਤਾਂ ਪਹਿਲਾਂ ਚਰਚਾ ਸੀ ਕਿ ਤਾਰਾ ਨੂੰ ਕੋਰਟ ਲੈ ਕੇ ਜਾਇਆ ਜਾਵੇਗਾ, ਫਿਰ ਇਹਨਾਂ ਦੀ ਪੇਸ਼ੀ ਵੀਡੀਓ ਕਾਨਫਰੰਸ ਦੇ ਰਾਹੀਂ ਹੋਈ। ਤਾਂ ਜਗਤਾਰ ਸਿੰਘ ਤਾਰਾ ਦੇ ਵਕੀਲ ਕੇ ਐਸ ਹੁੰਦਲ ਨੇ ਦੱਸਿਆ ਕਿ ਸਾਲ 2012 ਦੇ ਵਿੱਚ ਇਹਨਾਂ ਖਿਲਾਫ਼ ਇੱਕ ਕੇਸ ਦਰਜ ਹੋਇਆ ਸੀ। ਤਾਂ ਬੀਤੀ 20 ਤਰੀਕ ਨੂੰ ਕੋਰਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਕੋਰਟ ਨੇ ਅੱਜ ਸੁਣਵਾਈ ਦਾ ਸਮਾਂ ਰੱਖਿਆ ਸੀ। ਤਾਂ ਅੱਜ ਕੋਰਟ ਨੇ ਤਾਰਾ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਹੈ। ਅੱਜ ਦਾ ਕੇਸ ਭਾਈ ਜਗਤਾਰ ਸਿੰਘ ਤਾਰੇ ਤੇ ਥਾਣਾ ਗੁਰਾਇਆ ਦੇ ਵਿੱਚ ਸੀਗਾ, ਪੁਸਤਾ ਬਣਾਇਆ ਹੋਇਆ ਤੇ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਇਹ ਕੇਸ ਜਿਹੜਾ ਸੀਗਾ ਚਰੀਆਂ ਚੱਲਣ ਡਿਆ ਸੀ। 20 ਤਰੀਕ ਨੂੰ ਇਸੇ ਮਹੀਨੇ ਦੀ 20 ਤਰੀਕ ਨੂੰ ਬਹਿਸ ਕੀਤੀ ਸੀ, ਕੇਸ ਚੰਗਾ ਬਣ ਗਿਆ ਸੀ ਅਤੇ ਅੱਜ ਕਚਹਿਰੀ ਨੇ ਭਾਈ ਸਾਹਿਬ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਜਿਹੜਾ ਸੀਗਾ ਇਹਦੇ ਵਿੱਚ ਹਥਿਆਰ ਬਣਾਇਆ ਸੀ, UMP ਥੱਲੇ ਕੇਸ ਸੀਗਾ, ਹੋਰ ਵੀ ਕਈ ਧਾਰਾਂ ਲਾਈਆਂ ਸੀ ਪਰ ਕੇਸ ਵਾਹਿਗੁਰੂ ਨੇ ਮਿਹਰ ਕੀਤੀ ਹੈ, ਕੇਸ ਦੇ ਵਿੱਚ ਆਪਣੀ ਫਤਿਹ ਹੋਈ ਹੈ ਅਤੇ ਭਾਈ ਸਾਹਿਬ ਜਿਹੜਾ ਵਾ ਉਹਨਾਂ 'ਤੇ ਇਹ ਕੇਸ ਸਾਰੀਆਂ ਧਾਰਾਂ ਕਾਰਜ ਕਰਕੇ ਉਹਨਾਂ ਨੂੰ ਬਾਅਦ ਬਰੀ ਕਰ ਦਿੱਤਾ।